ਓਏ ਤੂੰ ਕਿੰਨੇ ਗੱਟੂ ਲਿਆਂਦੇ? ਮੈਂ ਤੇ ਇੱਕ ਦੋ ਗੱਟੂ ਲਿਆਂਦੇ, ਤੂੰ ਕਿੰਨੇ ਲਿਆਂਦੇ? ਮੇਰੇ ਪਾਪਾ ਕੋਲ ਤਾਂ ਬਹੁਤ ਗੱਟੂ ਪਏ, ਸਾਨੂੰ ਤਾਂ ਖਰੀਦਣ ਦੀ ਲੋੜ ਹੀ ਨਹੀਂ ਪੇਟੀਆਂ ਭਰ ਕੇ, ਪਰ ਮੈਨੂੰ ਸ਼ੌਂਕ ਨਹੀਂ ਗੁੱਡੀ ਉਡਾਉਣ ਦਾ। ਤੁਹਾਡੇ ਕੋਲ ਇੰਨੇ ਵੱਡੇ ਕਿਉਂ? ਮੇਰੇ ਪਾਪਾ ਤੇ ਗੱਟੂ ਵੇਚਦੇ ਆ। ਹੇ ਡਰ ਤੇ ਗੱਟੂ ਲੈ ਕੇ ਨਹੀਂ ਦਿੰਦੇ। ਓਏ ਗੁੱਡੀ ਆਉਂਦੀ ਵੀ ਆ ਜਾ, ਤੂੰ ਵੀ ਆ ਜਾ ਆ ਜਾ। ਕੀ ਹੋਇਆ? ਬੜੀ ਭੀੜ ਲੱਗੀ ਹੋਈ ਹੈ। ਤੂੰ ਮੁੰਡਾ ਆ ਰਿਹਾ ਉਹਨੂੰ ਪੁੱਛਦਾ। ਹਾਂਜੀ ਉੱਥੇ ਕੀ ਹੋਇਆ? ਉੱਥੇ ਯਾਰ ਕਿਸੇ ਮੁੰਡੇ ਦੇ ਨਾ ਚਾਈਨਾ ਦੀ ਡੋਰ ਫਿਰੀ ਹੈ, ਇੰਨੀ ਨਕੰਮੀ ਚਾਈਨਾ ਦੀ ਡੋਰ ਆ, ਤੇ ਮੁੰਡੇ ਨੂੰ ਬੇਚਾਰੇ ਬੱਚੇ ਨੂੰ ਲਹੂ ਲਾਣ ਕੀਤਾ, ਤੇ ਮੈਂ ਤੇ ਨਹੀਂ ਆਪਣੇ ਬੱਚੇ ਨੂੰ ਚਾਈਨਾ ਡੋਰ ਲੈ ਕੇ ਦਿੰਦਾ। ਉਹ ਚਾਈਨਾ ਡੋਰ ਨਾਲ ਕੁਛ ਨਹੀਂ ਹੁੰਦਾ ਹੈਗਾ, ਚਾਈਨਾ ਚਾਈਨਾ ਕਰਦੇ ਰਹਿੰਦੇ, ਆਪਾਂ ਤਾਂ ਕੰਮ ਹੀ ਸਾਡਾ ਚਾਈਨਾ ਡੋਰ ਦਾ। ਦੇਖਦਾ ਜਾ ਕੇ ਕੌਣ ਹੈ, ਦੇਖ ਕਿਆ ਫਿਰ ਦੇਖਦਾ, ਤੈਨੂੰ ਹੀ ਲੱਗੀ ਪਤਾ। ਅਰੇ ਭੀੜ ਬੜੀ ਲੱਗੀ ਆ, ਮੈਨੂੰ ਲੱਗਦਾ ਆਪਣਾ ਅਮਿਤ ਹੈ ਤੂੰ, ਵੇਖਾਂ ਕੀ ਗੱਲ ਹੈ। ਅਮਿਤ ਕੀ ਹੋਇਆ, ਇਹਨੂੰ ਕੀ ਹੋਇਆ ਸੋਨੂੰ? ਯਾਰ ਚਾਈਨਾ ਦੀ ਡੋਰ ਫਿਰ ਗਈ। ਅਮਿਤ ਤੈਨੂੰ ਯਾਦ ਹੈ ਮੈਂ ਤੈਨੂੰ ਕੁਛ ਦਿਨ ਪਹਿਲਾਂ ਕੁਛ ਕਿਹਾ ਸੀ ਚਾਈਨਾ ਦੀ ਡੋਰ ਬਾਰੇ? ਹਾਂ ਯਾਦ ਹੈ। ਅੱਜ ਯਾਦ ਕਰੋ ਵੇਲਾ। ਤੈਨੂੰ ਪਤਾ ਯਾਰ ਅੱਜ ਕੱਲ ਡੋਰ ਦਾ ਸੀਜ਼ਨ ਚੱਲਣ ਦਿਆ, ਤੇ ਮੈਨੂੰ ਹੈਗਾ ਕਿ ਜਿੰਨੇ ਪੈਸੇ ਜਲਦੀ ਤੋਂ ਜਲਦੀ ਵੱਡੇ ਜਾਣ ਤੇ ਜੇਬ ਚ ਪਾਈਏ। ਉਹ ਯਾਰ ਜਿਹੜੇ ਮੇਰੇ ਪਹਿਲੇ ਗੱਡੂ ਸੀ ਨਾ, ਉਹ ਮੈਂ ਦਿੱਤੇ ਵੇਚ, ਤੇ ਮੈਂ ਦੋ ਪੇਟੀਆਂ ਹੋਰ ਮੰਗਾਈਆਂ, ਇਸ ਕਰਕੇ ਸੋਚਿਆ ਮੈਂ ਜਲਦੀ ਜਲਦੀ ਜਾ ਕੇ ਫੜ ਲਿਆਵਾਂ। ਭਾਜੀ ਤੁਹਾਨੂੰ ਪਤਾ ਵਾ ਕਿ ਅੱਜ ਕੱਲ ਪੁਲਿਸ ਦੀ ਬਹੁਤ ਹੀ ਸਖਤਾਈ ਹੈਗੀ ਹੈ, ਜਿਹਨੂੰ ਕੋਈ ਇੱਕ ਗੱਡੂ ਹੀ ਫੜਿਆ ਜਾਣ ਡਿਆ ਵਾ ਉਹਦੇ ਉੱਤੇ ਬੜੇ ਬੜੇ ਜੁਰਮਾਨਾ ਲੱਗ ਰਿਹਾ ਵਾ। ਉਹ ਜੁਰਮਾਨੇ ਦੀ ਨਹੀਂ ਕੋਈ ਪਰਵਾਹ, ਸਾਰਾ ਕੰਮ ਸਾਨੂੰ ਪਤਾ ਕਿੱਦਾਂ ਚੱਲਦਾ ਵਾ। ਤੂੰ ਤੇ ਰਾਤ ਤਾਂ ਤੂੰ ਕੁਝ ਕਰਨਾ ਨਹੀਂ, ਦੂਜਿਆਂ ਨੂੰ ਤੂੰ ਕਰਨ ਨਹੀਂ ਦੇਣਾ, ਤੂੰ ਤਾਂ ਵਿਹਲਾ ਮੈਨੂੰ ਵੀ ਬੁਲਾ ਕੇ ਰੱਖ। ਇਸ ਟ੍ਰੇਨਰ ਦੀ ਡੋਰ ਨੇ ਕਈ ਸਾਲਾਂ ਤੋਂ ਕਈ ਜਾਨਾਂ ਲਈਆਂ ਨੇ, ਇਹ ਬੜੀ ਖਤਰਨਾਕ ਡੋਰ ਹੈ। ਉਹ ਕੋਈ ਖਤਰਨਾਕ ਚੀਜ਼ ਨਹੀਂ ਹੈਗੀ, ਮੈਂ ਕਿੰਨੀ ਦੇਰ ਤੋਂ ਵੇਚਦਾ ਪਿਆ ਵਾਂ। ਉਹ ਲੋਕ ਕਿਹੜਾ ਆਨੇ ਆ, ਲੋਕਾਂ ਨੂੰ ਕਿਹੜਾ ਪਤਾ ਨਹੀਂ ਲੱਗਦਾ ਅੱਗੇ ਚਾਈਨਾ ਡੋਰ ਆ ਰਹੀ ਹੈ, ਲੋਕੀ ਧਿਆਨ ਨਾਲ ਚੱਲ ਜਾਣ। ਬੜੀ ਦੇਰ ਤੋਂ ਲੋਕ ਚਲਾ ਨਹੀਂ ਰਹੇ ਡੋਰ।
ਅੱਜ ਮੈਂ ਕੰਮ ਕਰਦਾ ਵਾ ਤੇ ਤੁਹਾਨੂੰ ਸਾਰਿਆਂ ਨੂੰ ਕੁਝ ਹੁੰਦਾ ਵਾ। ਭਾਜੀ ਇਸ ਡੋਰ ਦੀ ਲਪੇਟ ਵਿੱਚ ਆ ਕੇ ਕਈ ਪੰਛੀ ਆਪਣੀ ਜਾਨ ਗਵਾ ਚੁੱਕੇ ਨੇ। ਮੈਨੂੰ ਕੁਝ ਨਹੀਂ ਪਤਾ, ਮੈਂ ਤਾਂ ਮੋਟੇ ਪੈਸੇ ਕਮਾ ਰਿਹਾ ਵਾਂ। ਮੈਂ ਤਾਂ ਆਪਣੇ ਬੱਚਿਆਂ ਵਾਸਤੇ ਆਉਣ ਵਾਲੇ ਸਮੇਂ 'ਚ ਐਸ਼ੋ ਆਰਾਮ ਦੀ ਜ਼ਿੰਦਗੀ ਹੈ, ਮੈਂ ਜੋ ਵੀ ਕੁਛ ਕਰ ਰਿਹਾ ਨਾ ਮੈਂ ਆਪਣੇ ਪੁੱਤਰ ਵਾਸਤੇ ਕਰ ਰਿਹਾ ਵਾਂ। ਚੱਲ ਛੱਡ ਯਾਰ, ਤੇਰਾ ਤੇ ਰੌਲਾ ਮੁੱਕਣਾ ਨਹੀਂ ਹੈ, ਮੈਂ ਕੰਮ ਕਰਾਂ ਜਾ ਕੇ। ਯਾਰ ਇਹਦਾ ਵੀ ਕੁਛ ਨਹੀਂ ਪਤਾ ਲੱਗਦਾ, ਵੇਖ ਲਈ ਕਿਸ ਨਾ ਕਿਸ ਦਿਨ ਇਹ ਪਛਤਾਏਗਾ। ਜਦੋਂ ਇਹਦੇ ਆਪਣੇ ਤੇ ਪਈ ਤੇ ਫਿਰ ਪਛਤਾਉਣਾ ਪਏਗਾ। ਚਲੋ ਸਾਨੂੰ ਕੀ, ਸਾਡਾ ਕੰਮ ਤੇ ਅਸੀਂ ਸਮਝਾਉਣਾ। ਉਹ ਆ ਗਿਆ ਪੁੱਤਰਾ। ਛੋਟੇ ਤੂੰ ਕਿੱਧਰ ਆ ਗਿਆ? ਮੇਰੇ ਡੈਡੀ ਤੇ ਕੱਟੂ ਲੈ ਕੇ ਦਿੰਦਾ ਤੇ ਮੈਂ ਤੇ ਨਾ ਕੁੱਟਿਆ ਤਾਂ ਕਰਦੀ ਦੋ। ਛੋਟੇ ਤੂੰ ਕਿੱਧਰ ਆ ਯਾਰ? ਭਾਜੀ ਗੱਟੂ ਦੇ ਦੋ ਯਾਰ ਇੱਕ। ਗੱਟੂ ਜਿੰਨੇ ਮਰਜ਼ੀ ਲਓ। ਜਦੋਂ ਇੱਕ ਕਿੰਨੇ ਦਾ ਜੇ? 400। ਚਾਹ ਯਾਰ 300 ਦੇ ਅੰਡੇ ਸਾਰੇ। ਉਹ ਗੁਰੂਆ ਸਖਤਾਈ ਬਹੁਤ ਆ। ਚਲੋ ਹਾਂ ਬਹੁਤ ਸਖਤਾਈ। ਚੱਲ ਤੂੰ 350। ਚੱਲ ਗੱਟੂ ਕਰ ਦੇ ਨਾ। ਡੋਰ ਬਾਰੇ ਮੈਂ ਤੈਨੂੰ ਅੱਗੇ ਵੀ ਬੜਾ ਸਮਝਾਇਆ ਸੀ, ਪਰ ਅੱਜ ਤੇਰੇ ਆਪਣੇ ਪੁੱਤਰ ਦੇ ਡੋਰ ਫਰੀ ਫੇਰ ਤੈਨੂੰ ਅਹਿਸਾਸ ਹੋਇਆ ਹੈ। ਮੈਨੂੰ ਅੱਜ ਅਹਿਸਾਸ ਹੋ ਗਿਆ ਇਹ ਡੋਰ ਡੋਰ ਨਹੀਂ ਹੈ, ਇੱਕ ਕਾਲ ਹੈ। ਅੱਜ ਤੋਂ ਬਾਅਦ ਚਾਈਨਾ ਡੋਰ ਮੈਂ ਕਦੀ ਨਹੀਂ ਪਾਜੀ ਵੇਚੂੰਗਾ, ਨਾ ਵੇਚੂੰਗਾ ਔਰ ਨਾ ਇਹਦਾ ਸਮਰਥਨ ਕਰੂੰਗਾ। ਅੱਜ ਮੇਰੇ ਮੁੰਡੇ ਨਾਲ ਹੋਈ ਹੈ ਤੇ ਮੈਨੂੰ ਅਹਿਸਾਸ ਹੋ ਗਿਆ। ਮੈਨੂੰ ਲੋਕ ਵੀ ਕਹਿੰਦੇ ਕਿ ਚਾਈਨਾ ਡੋਰ ਸਹੀ ਨਹੀਂ ਹੈ, ਪਰ ਮੈਂ ਯਕੀਨ ਨਹੀਂ ਕਰਦਾ। ਮੈਂ ਪੈਸਿਆਂ ਦੇ ਲਾਲਚ ਵਿੱਚ ਬਹੁਤ ਡੋਰਾਂ ਵੇਚੀ। ਅੱਜ ਤੋਂ ਬਾਅਦ ਮੈਂ ਕਦੀ ਚਾਈਨਾ ਡੋਰ ਨਹੀਂ ਵੇਚੂੰਗਾ ਭਾਜੀ। ਪੈਸਿਆਂ ਦੇ ਲਾਲਚ ਵਿੱਚ ਆ ਕੇ ਮੈਂ ਲੋਕਾਂ ਦੀ ਜ਼ਿੰਦਗੀ ਬਹੁਤ ਖਰਾਬ ਕੀਤੀ ਹੈ। ਮੈਨੂੰ ਨਹੀਂ ਪਤਾ ਸੀ ਕਿ ਚਾਈਨਾ ਡੋਰ ਮੇਰੇ ਮੁੰਡੇ ਦੇ ਉੱਤੇ ਵੀ ਆ ਕੇ ਕਾਲ ਬਣੇਗੀ। ਚਲੋ ਕੋਈ ਗੱਲ ਨਹੀਂ ਭਾਜੀ, ਚਲੋ ਇਹਨੂੰ ਹਸਪਤਾਲ ਲੈ ਕੇ ਚੱਲੀਏ। ਚੱਕੋ ਮੇਰਾ ਪੁੱਤਰਾ ਚੱਲ।